ਜਿਵੇਂ ਆਪਾਂ ਕਨੈਕਸ਼ਨ ਟਾਈਪ ਦੇ ਵਿੱਚ ਅਦਰ ਸਿਲੈਕਟ ਕਰ ਲਿਆ ਫਿਰ ਆਪਾਂ ਸਿਲੈਕਟ ਕਰਨਾ ਕਨੈਕਸ਼ਨ ਜਿਹੜਾ ਹੈਗਾ ਉਹ ਰੈਗੂਲਰ ਜਾਂ ਟੈਂਪਰੇਰੀ ਕਿਉਂਕਿ ਇਸ ਬੇਸ ਦੇ ਉੱਤੇ ਉਹਦੀ ਅੱਗੇ ਟੈਰਿਫ ਸਿਲੈਕਟ ਹੋਣਾ ਜਿਸ ਨਾਲ ਉਹਦੇ ਟੈਰਿਫ ਰੇਟ ਲੱਗੇਗਾ ਰੈਗੂਲਰ ਟੈਂਪਰੇਰੀ ਸਿਲੈਕਟ ਕਰਦਾ ਟੈਂਪਰੇਰੀ ਦੇ ਬੇਸ 'ਤੇ ਉਹਦੀ ਸਿਕਿਉਰਟੀ ਪੈਣੀ ਸੀ ਅੱਗੇ ਇਹਦਾ ਮਿੰਟ ਪ੍ਰੋਵਾਈਡਿਡ ਬਾਏ ਕੰਜ਼ਿਊਮਰ ਯੈਸ ਔਰ ਨੋ ਮੋਸਟਲੀ ਨੋ ਹੀ ਹੁੰਦਾ ਕੁਛ ਪੇਸ ਵਿੱਚ ਨੋ ਯੈਸ ਹੁੰਦਾ ਯੈਸ ਜੇ ਕਰਾਂਗੇ ਤਾਂ ਆਪਾਂ ਸਿਕਿਉਰਟੀ ਜੋ ਚਾਰਜ ਕਰਨੀ ਮਿੰਟ ਸਿਕਿਉਰਟੀ ਆਪਾਂ ਨਹੀਂ ਕਰਾਂਗੇ ਸਿਸਟਮ ਨਹੀਂ ਚਾਰਜ ਕਰੇਗਾ ਜੇ ਅਸੀਂ ਯੈਸ ਕਰ ਦੋਗੇ ਜੇ ਨੋ ਕਰੋਗੇ ਤਾਂ ਮਤਲਬ PSP ਸੇ ਤਾਂ ਆਪਣਾ ਮੀਟਰ ਇੰਸਟਾਲ ਹੈ ਅਤੇ ਉਸ ਨਾਲ ਆਪਾਂ ਜਿਹੜਾ ਤਾਂ ਮੀਟਰ ਰੈਂਟ ਵਗੈਰਾ ਅੱਗੇ ਜੋ ਐਗਜ਼ੈਂਪਟ ਕਰਨਾ ਉਹ ਸਾਰੇ ਫਲੈਗ ਵੀ ਸਿਲੈਕਟ ਹੋ ਜਾਣਗੇ ਟੈਂਪਰੇਰੀ ਸਟਰਕਚਰ ਮੋਸਟਲੀ ਨੋ ਹੀ ਹੁੰਦਾ ਰੈਗੂਲਰ ਦੇ ਵਿੱਚ ਪਰ ਤੁਹਾਨੂੰ ਜਿਵੇਂ ਦੱਸਿਆ ਸੀ ਕਿ ਕੁਛ ਖਾਤਿਆਂ ਦੇ ਟੈਂਪਰੇਰੀ ਸਟਰਕਚਰ 'ਚ ਰੈਗੂਲਰ ਕਨੈਕਸ਼ਨ ਲੈ ਲੈਂਦਾ ਤਾਂ ਤੁਸੀਂ ਯੈਸ ਕਰ ਦਿੰਦੇ ਉਸ ਬੇਸ 'ਤੇ ਉਹਦੀ ਸਿਕਿਉਰਟੀ ਕੈਲਕੂਲੇਟ ਹੋਊਗੀ ਨੀਅਰਸਟ ਸੀ ਇਹ ਮਤਲਬ ਗੁਆਂਢੀ ਦਾ ਖਾਤਾ ਜੇ ਤੁਸੀਂ ਗੁਆਂਢੀ ਦਾ ਖਾਤਾ ਸਹੀ ਪਾਓ ਯੂਜ਼ਰ ਪਾਏਗਾ SAP ਚੈੱਕ ਕਰੇਗਾ ਕਿ ਸੇਮ ਸਬਡਿਜ਼ਨ ਦਾ ਹੈਗਾ ਤਾਂ ਉਹ ਸਿਲੈਕਟ ਕਰ ਲਏਗਾ ਸੇਮ ਸਬਡਿਜ਼ਨ ਦੇ ਵਿੱਚ ਉਹ ਤੁਸੀਂ ਗਲਤ ਲੈਜਰ ਦਾ ਪਾ ਦਿੰਦਾ ਜਾਂ ਕੰਜ਼ਿਊਮਰ ਗਲਤ ਲੈਜਰ ਦਾ ਲਿਆ ਕੇ ਦੇ ਦਿੰਦਾ ਤਾਂ ਫਿਰ ਗਲਤ ਉਸਨੂੰ ਲੈਜਰ ਲੱਗ ਜਾਏਗੀ ਜਦੋਂ ਮੀਟਰ ਇੰਸਟਾਲ ਹੋਏਗਾ ਉਹਨੂੰ ਕਰੈਕਸ਼ਨ ਕਰਨ ਦੀ ਅਗਰ ਪ੍ਰੋਵੀਜ਼ਨ ਉਸੀ ਵਕਤ ਰੱਖੀ ਹੈ ਜਦੋਂ ਮੀਟਰ ਇੰਸਟਾਲ ਕਰ ਰਿਹਾ JEE ਅਤੇ JEE ਸਰ ਦੀ ID ਤੋਂ ਮੀਟਰ ਇੰਸਟਾਲ ਹੋ ਰਿਹਾ ਤਾਂ ਉਹਦਾ MRU ਲੈਜਰ ਸਹੀ ਕਰ ਸਕਦੇ ਨੇ SAP ਆਟੋ ਉੱਥੋਂ ਦੀ ਕਾਪੀ ਕਰ ਲਿਆ ਉਹਦਾ MRU 1001189000 ਤੁਸੀਂ ਨੋਟ ਕਰ ਲਓ ਟ੍ਰੇਨਿੰਗ ਦੇ ਵਿੱਚ ਪਾਉਣ ਲਈ ਸਬਡੀਜ਼ਨ ਕੋਡ ਆਪਾਂ 42 ਹੀ ਪਾਵਾਂਗੇ ਅਤੇ ਗੁਆਂਢੀ ਦਾ ਖਾਤਾ ਨੀਅਰਸਟ CA ਨੰਬਰ 1001189000 RAPDRB ਯੈਸ ਔਰ ਨੋ RAPDRB ਦੱਸਦਾ ਕਿ ਉਹ ਬਾਉਂਡਰੀ ਮੀਟਰ ਦੇ ਅੰਦਰ ਹੈ ਜਾਂ ਬਾਉਂਡਰੀ ਮੀਟਰ ਦੇ ਬਾਹਰ ਹੈ ਕਿ ਡੰਮੀ ਫਿਟਰ ਦੇ ਜਾਏਗਾ ਜਾਂ ਟਾਊਨ ਸਿਟੀ ਫਿਟਰਾਂ ਦੇ ਨੇ ਟੈਗ ਆਉਣਾ ਤਾਂ ਜੇ ਬਾਈ ਚਾਂਸ ਗਲਤ ਵੀ ਤੁਸੀਂ ਸਿਲੈਕਟ ਕਰਦੇ ਤਾਂ ਅੱਗੇ JEE ਸਰ ਕੋਲ ਪ੍ਰੋਵੀਜ਼ਨ ਹੈ ਕਿਸ ਨੂੰ ਕਰੈਕਸ਼ਨ ਦੇਣਗੇ ਮੋਸਟ ਜ਼ਿਆਦਾ ਨੌਲੇਜ ਉਹਨਾਂ ਨੂੰ ਹੀ ਹੋਏਗੀ ਕੰਜ਼ਿਊਮਰ ਦੀ ਜੋ ਫੀਲਡ 'ਚ ਵਿਜ਼ਿਟ ਕਰਕੇ ਆਉਣਗੇ ਰੂਰਲ ਐਂਡ ਅਰਬਨ ਦੇ ਵਿੱਚ ਕੀ ਹੋਏਗਾ ਮੀਟਰ ਟਾਈਪ ਉਸਨੇ ਐਸਾ ਸਿਲੈਕਟ ਕਰ ਲਿਆ ਸਿੰਗਲ ਫੇਸ ਆਟੋਮੈਟਿਕਲੀ ਸਿਲੈਕਟ ਕਰ ਲਿਆ ਕਿਉਂਕਿ ਲੋਡ ਦੇ ਅਕੋਰਡਿੰਗ 7 ਲੋਡ ਤੱਕ ਐਸ ਹੀ ਲੱਗੇਗਾ ਸਿੰਗਲ ਫੇਸ 7 ਤੋਂ ਉੱਪਰ ਉਹ ਆਟੋ ਹੀ 3 ਹੋ ਜਾਏਗਾ ਰੂਰਲ ਜਾਂ ਅਰਬਨ ਇਹਦੇ ਵਿੱਚ ਕੀ ਹੋਊਗਾ ਜੇ ਰੂਰਲ ਏਰੀਆ ਹੋਇਆ ਤਾਂ ED 15% ਕਰੇਗਾ ਅਰਬਨ ਦੇ ਵਿੱਚ ED 13 ਅਤੇ MT 2% ਜਦੋਂ ਅਸੀਂ ਰਿਪੋਰਟ ਕਰਕੇ ਐਡਜਸਟਮੈਂਟ ਕਰਨੀ ਆਉਂਦੀ ਹੈ ਮਿਊਨਸੀਪਲ ਕਮੇਟੀ ਨਾਲ ਤਾਂ ਉਹ ਸਾਡੇ ਕੋਲ ਇੱਕ ਰਿਪੋਰਟ ਆ ਜਾਏਗੀ 2% ਦੇ ਅਕੋਰਡਿੰਗ ਅਸੀਂ ਕਿੰਨੀ ਰਿਕਵਰ ਕਰਨੀ ਹੈ ਤਾਂ ਇਹ ਸਬਡੀਜ਼ਨ ਦੇ ਵਿੱਚ ਬਿੱਲ ਪਾਸ ਕਰਨ ਵੇਲੇ ਜਾਂ ਕੁਛ ਐਡਜਸਟਮੈਂਟ ਕਰਨ ਵੇਲੇ ਉਹ ਯੂਜ਼ ਹੋ ਜਾਏਗੀ ਟੋਟਲ ਆਪਾਂ ਲਵਾਂਗੇ 15% ਹੀ ਤਾਂ 13-2 ਤਾਂ ਸਿੱਧਾ 15 ਇਹ ਲਗਾਉਣ ਤੋਂ ਬਾਅਦ ਸਾਨੂੰ ਜਿਹੜਾ ਓਪਰੈਂਟ ਦੱਸ ਰਿਹਾ ਸੀ ਕਿ ਓਪਰੈਂਟ ਹੁੰਦਾ ਹੈ ਜੇ ਲਾਸਟ ਲੈਕਚਰ 'ਚ ਦੱਸ ਰਹੀ ਉਹ ਓਪਰੈਂਟ ਉੱਥੇ ਅਪਡੇਟ ਹੋ ਜਾਏਗਾ ਤਾਂ ਓਪਰੈਂਟ ਉਸਨੂੰ ਦੱਸ ਦੇਗਾ ਕਿ 15% ਹੈ ਜਾਂ 13% ਉਸ ਬੇਸ 'ਤੇ ਉਹਦੀ ਕੈਲਕੂਲੇਸ਼ਨ ਹੋ ਜਾਏਗੀ ਸਰ ਇਹ ਡਾਟਾ ਭਰਨ ਤੋਂ ਬਾਅਦ ਇਹ ਡਾਟਾ ਜਿਹੜਾ ਤੁਸੀਂ ਇਹ ਡਾਟਾ ਭਰਿਆ ਇਹਦੇ ਵਿੱਚ ਇਹ ਡਾਟਾ ਬੇਸ ਦੀ ਕੈਲਕੂਲੇਸ਼ਨ ਹੋਣੀ ਹੈ ਇਹਨਾਂ ਦਾ ਕੰਬੀਨੇਸ਼ਨ ਨਾਲ ਜੋ ਕੈਲਕੂਲੇਸ਼ਨ ਬਣਦੀ ਹੈ ਉਹ ਕੈਲਕੂਲੇਸ਼ਨ ਹੋ ਕੇ ਉਹਦਾ ਡਿਮਾਂਡ ਨੋਟਿਸ ਜਨਰੇਟ ਹੋਏਗਾ ਜੋ ਸੇਵ ਕਰਾਂਗੇ ਤਾਂ ਸੇਵ ਹੋਣ 'ਤੇ ਇੱਕ CRM ਦੇ ਵਿੱਚ ਔਡਰ ਬਣੇਗਾ ਇੱਕ ISU ਦੇ ਵਿੱਚ ਤਾਂ ISU ਵਾਲਾ ਔਡਰ 100 ਤੋਂ ਸਟਾਰਟ ਹੋਏਗਾ ਅਤੇ CRM ਵਾਲਾ ਔਡਰ 800 ਦੋਨਾਂ ਦੇ ਵਿੱਚ ਅਸੀਂ ਇਹਦੀ ਹਿਸਟਰੀ ਦੇਖ ਸਕਦੇ ਹਾਂ ਕਿਸਨੇ ਔਡਰ ਦੇ ਵਿੱਚ ਕੀ ਅਪਲਾਈ ਕੀਤਾ ਸੀ ਜੇ ਨਿਊ ਕਨੈਕਸ਼ਨ ਦਾ ਸੈਪ ਵਾਲਾ CRM ਵਾਲਾ ਨੰਬਰ ਇਹ ਹੈ ਅਤੇ ISU ਵਾਲਾ ਇਹ ਅਤੇ ਨਾਲ ਹੀ ਮਤਲਬ ਇਹ ਚੀਜ਼ CA ਨੰਬਰ ਦਿਖਾਵਾਂਗੇ CA ਨੰਬਰ ਕਿਵੇਂ ਬਣਦਾ ਹੈ CA ਨੰਬਰ ਕਿਵੇਂ ਵਾਲਾ ਆਪਾਂ ਨੂੰ ਸ਼ੋਅ ਨਹੀਂ ਹੋਇਆ ਔਰ ਦੇਖੋ ਗੁਰਪ੍ਰੀਤ ਸਿੰਘ ਦੇ ਨਾਲ CA ਨੰਬਰ ਨਹੀਂ ਆ ਰਿਹਾ ਐਂਡ ਕਰਕੇ ਇਸ ਚੀਜ਼ ਧਿਆਨ ਰੱਖਣਾ ਹੈ ਰੀਫਰੈਸ਼ ਕਰਨੀ ਹੈ ਵਿੰਡੋ ਰੀਫਰੈਸ਼ ਕਰਨ ਦਾ ਈਜ਼ੀਐਸਟ ਤਰੀਕਾ ਇਹ ਹੈ ਐਂਡ ਕਰਕੇ CA ਨੂੰ ਅਸੀਂ ਦੁਬਾਰਾ ਖੋਲ੍ਹਾਂਗੇ ਜਿਸ ਨਾਲ ਤੁਹਾਨੂੰ ਪਤਾ ਲੱਗ ਗਿਆ CA ਖੋਲ੍ਹਣ ਲਈ CA ਕਿੱਥੇ ਨੰਬਰ ਪਾਉਣਾ ਹੈ ਡਾਇਰੈਕਟ ਅਕਾਊਂਟ ID ਦੇ ਅੱਗੇ CA ਨੰਬਰ ਪਾ ਕੇ ਪੇਸਟ ਕਰ ਦਾਂਗੇ BP ਨੰਬਰ BP ਨੰਬਰ ਪਾਉਣ ਲਈ ਆਪਾਂ BP ਵਾਲੀ ਕੋਲਮ 'ਚ ਜਾਵਾਂਗੇ ਹਰ CA ਨੰਬਰ ਸਾਨੂੰ ਚਾਹੀਦਾ ਹੈ BP ਨੰਬਰ ਵਾਲੇ 'ਚ ਜਾਵਾਂਗੇ BP ਨੰਬਰ ਪਾਵਾਂਗੇ BP ਨੰਬਰ ਪਾ ਕੇ ਐਂਟਰ ਦੈਨ ਉਹ ਆਈਡੈਂਟੀਫਾਈ ਕਰ ਲਏਗਾ ਕਿ ਉਸ ਕੰਟਰੈਕਟ ਅਕਾਊਂਟ ਨੰਬਰ SAP ਨੇ ਕਿਹੜਾ ਕਲੀਅਰ ਕੀਤਾ ਉਰੇ ਆ ਗਿਆ SAP ਅਕਾਊਂਟ ਨੰਬਰ ਕਨਫਰਮਡ ਜਦੋਂ SAP ਅਕਾਊਂਟ ਨੰਬਰ ਕਨਫਰਮਡ ਹੋ ਗਿਆ ਤਾਂ ਆਪਾਂ ਉਸਦਾ ਡਿਮਾਂਡ ਨੋਟ ਜਨਰੇਟ ਕਰ ਸਕਦੇ ਹਾਂ ਨੈਵੀਗੇਸ਼ਨ ਬਾਰ ਦੇ ਵਿੱਚ ਹੀ ਡਿਮਾਂਡ ਨੋਟ ਜਨਰੇਟ ਹੋ ਗਿਆ UDC ਦੀ ID ਤੋਂ
जनेट मार्नोटिस जनेट मार्नोटिस जी जावांगे ਇਹਦੇ 'ਚ ਲਿਖਿਆ ਜਨਰੇਟ ਮਾਨੋਰਸ ਫੋਰ ਜੈਡ ਐਨ ਸੀ ਓ ਜੈਡ ਐਨ ਸੀ ਓ ਦੋਨਾਂ ਦਾ ਲੋਜਿਕ ਸੇਮ ਹੈ ਚਾਰਜ ਕਰਨ ਦਾ ਜੋ ਡਿਫਰੈਂਸ ਲੋਡ ਪਾਉਂਦਾ ਉਹਦੇ ਚਾਰਜ ਕਰਨਾ ਜੈਡ ਦਾ ਮਤਲਬ ਤੁਹਾਨੂੰ ਦੱਸਿਆ ਜੀ ਦਾ ਮਤਲਬ ਹੈ ਕਸਟਮਾਈਜ਼ ਜੈਡ ਐਨ ਸੀ ਓ ਆਪਣੇ ਕਸਟਮਾਈਜ਼ ਕੀਤਾ ਹੋਇਆ ਇੱਕ ਪ੍ਰੋਸੈਸ ਹੈ ਇਸੇ ਜੈਡ ਤੋਂ ਸਟਾਰਟ ਹੋ ਗਿਆ ਬਾਕੀ ਹੋਰ ਵੀ ਡਿਮਾਂਡ ਨੋਟਿਸ ਦੇ ਨੇਮ ਚੇਂਜ ਦਾ ਡਿਮਾਂਡ ਨੋਟਿਸ ਸ਼ਿਫਟਿੰਗ ਓ ਕਨੈਕਸ਼ਨ ਹੋ ਗਿਆ ਐਸ ਓ ਸੀ ਸ਼ਿਫਟਿੰਗ ਓ ਕਨੈਕਸ਼ਨ ਡਿਮਾਂਡ ਨੋਟਿਸ ਓ ਕਲੱਬਿੰਗ ਜੋ ਚਾਰ ਪੰਜ ਖਾਤੇ ਕਲੱਬ ਹੋ ਰਹੇ ਨੇ तो अपना सिलेक्ट करा कि वह की है न्यू कनेक्शन न्यू कनेक्शन का डिमांड नोटिस बनाना है न्यू कनेक्शन का सिलेक्ट करा हूँ एस ए पी कैलकुलेशन करेगा जो आप सर्विस ऑर्डर के बीच डाटा पाया थी कि डी एस कैटेगरी लोड इन उस बेस से कैलकुलेशन करके अपना डिस्प्ले कराएगा कि उसकी कैलकुलेशन फीस कि बनती है मीटर सिक्योरिटी 625 एस सी सी 2300 क्यों मैं 2.3 पाया क्योंकि कुछ सब डिजाइन होंगे कि 2.3 का 3000 पूरा ला लेंगे पर एस ए पी के जितने एस ए पी आ गया तो स्टैंडर्ड सही ही कोस्ट चार्ज होएगी तो कितने तुम अपना फोर्स करके गलत चार्जिस नहीं आप कंज्यूमर तो लै सकते जब उस कई दो अकॉर्डिंग 2000 ला लेंगे कई 3 के अकॉर्डिंग 3000 ला लेंगे बट बनता इसका पार्ट ऑफ देयर होंगे कि 2.3 है तो 2300 बनेंगे सिक्योरिटी 1110 बनी बिल्कुल जी इसकी जो सिक्योरिटी होती है राउंड अप करके आप लेंगे हूँ जो चार्जिस चार्जिस पोस्ट नहीं हुए चार्जिस जो हो रहे पोस्ट नहीं हुए सर जस्ट उन्हें डिस्प्ले कराए थे तो हूँ आप चार्जिस पोस्ट करना चाहते हैं मतलब सही हुए ने जो रोंग ने जो उस मान लो कि उस मैं मीटर प्रोवाइडेड नो किया हों पर 625 हों फिर रोंग से कि उन्होंने मेरा सिक्योरिटी लैनी नहीं बनती फिर आपको जाके ऑर्डर में करेक्शन कर लेंगे जो अपनी कैलकुलेशन के अकॉर्डिंग सही है तो आप यस करा सिस्टम बेस्ड कैलकुलेशन पर असं अभी एक बार वेरीफाई करना ही है कि जो असं इनपुट पाई है करैक्ट से जो जो मेरी इनपुट के अकॉर्डिंग सही आउटपुट आई है ये टैसटिंग अंडर है तो कुछ टाइम के प्रोडक्शन रिमूव हो जाएगा ये चैकबॉक्स है जो असी प्रूफ लिया उसनों सिलेक्ट कर लेंगे सेव डॉक्यूमेंट चैकअप लिस्ट जो असी उस डॉक्यूमेंट ले लेंगे प्रोसेसिंग फीस 20 रुपीज नीचे लिखा है मीटर सिक्योरिटी 625 हैज बीन पोस्टेड हूँ पहला डिस्प्ले हुई थी हूँ सक्सैसफुली पोस्ट हो जाने 1110 पोस्ट हो गया प्रिंट प्रिव्यू कर देंगे प्रिंट प्रिव्यू करते देखो इस दे लोड जो अप्लाई किया किस कंज्यूमर नाम से किया सारा कुछ शो कर रहे हैं डेट ऑफ प्रिंट डेट की है जिस वजह से प्रिंट कर रहे हैं वेल्ड अप टू एज पर ESEM जो उसकी ड्यू डेट होगी 625 मीटर सिक्योरिटी एक एस ए पी का यूनिक जनरेट नंबर हो गया एक इनिशियल सिक्योरिटी जो बाई चांस गलत भी पोस्ट हो जाते रिवर्स करके करैक्ट कर सकते हो पर जी पहला विंडो आई सी कि कैलकुलेशन बेस से इन सिक्योरिटी पाती है वो यही रिवर्सल में रोकने लिए है कि बार बार रिवर्सल टाइम वेस्ट होने नालों जो टाइम की मिस हो रही वेस्टेज हो रही है उसमें बचाने लिए किया जोड़ा टैक्सेबल अमाउंट 20 का CGST SGST एज पर 18% जो भी बनता है वो चार्ज करके शो करा था 23.60 टोटल अमाउंट GST रिकॉर्ड विद राउंड अप करके उसने 1760 शो करते 1.40 पर राउंड अप करके ले लिया मुझे देखो डिमांड नोटिस के सारी डिमांड नोटिस पूरा है जिस कोई कमी पेशी है इस विच एक चीज़ की कमी है सर्विस कनेक्शन चार्ज बटे कनेक्शन के आप सिक्योरिटी ला लेंगे तो सर्विस कनेक्शन चार्ज लिए कुछ टाइम पीरियड देंगे कंज्यूमर का एक राइट्स भी होंगे तो कंज्यूमर भी डिमांड करता है कि मैं सिक्योरिटी अज पे कराँगा तो जो सर्विस कनेक्शन चार्ज है वो मैं थोड़े टाइम बाद पे करा क्योंकि वो एज पर PSPCL मैं 6 महीने या 3 महीने का टाइम दे रहा है तो असी इसका प्रिंट देकर कंज्यूमर को हैंडओवर करके कैश काउंटर पर भेज देना है पेमेंट करने
ਤਾਂ ਨਾਲ ਹੀ ਆਪਾਂ ਬੈਕ ਬਟਨ 'ਤੇ ਕਲਿੱਕ ਕਰਾਂਗੇ ਤਾਂ ਜੋ ਉਸਨੂੰ ਸਰਵਿੰਗ ਇੰਚਾਰਜ ਵੀ ਪੋਸਟ ਹੋ ਜਾਂਦੇ। ਮੋਸਟਲੀ 20 ਕਿਲੋ ਵਾਟ ਤੱਕ ਡੀ ਐਸ ਕਨੈਕਸ਼ਨ ਔਨ ਦਾ ਸਪੋਰਟ ਹੀ ਸਾਰੇ ਪੈਸੇ ਜਮ੍ਹਾਂ ਕਰਾ ਦਿੰਦੇ ਹੈ ਤਾਂ ਓਕੇ ਕਰਾਂਗੇ 2300 ਰੁਪਇਆ ਉਸਨੂੰ ਪੋਸਟ ਹੋ ਗਿਆ ਤਾਂ ਕੰਬਾਈਨ ਡਿਮਾਂਡ ਨੋਟਿਸ ਦਾ ਪ੍ਰਿੰਟ ਆ ਜਾਏਗਾ ਜਿਹਦੇ ਵਿੱਚ ਉਸਦੀ ਟੋਟਲ ਅਮਾਊਂਟ ਬਣਦੀ ਹੈ 4060। ਇਹ ਡਿਮਾਂਡ ਨੋਟਿਸ ਦੀ ਪੇਮੈਂਟ ਹੈ ਅਤੇ ਇਹ ਡਿਮਾਂਡ ਬਾਰਕੋਡ ਨਾਲ ਪੇਮੈਂਟ ਪੇ ਹੋਏਗੀ। ਇਹ ਬਾਰਕੋਡ ਨਾਲ ਉਹ ਆਈਡੈਂਟੀਫਾਈ ਕਰੇਗਾ ਕਿੰਨੀ ਉਹਦੀ ਸਿਕਿਉਰਿਟੀ ਅਤੇ ਕਿੰਨੀ ਅਮਾਊਂਟ ਬਣਦੀ ਹੈ। ਇਸ ਤੋਂ ਬਾਅਦ ਕੈਸ਼ ਕਾਊਂਟਰ 'ਤੇ ਪੇਮੈਂਟ ਦਾ ਪਾਰਟ ਹੈ, ਕੈਸ਼ ਕਾਊਂਟਰ ਪੇਮੈਂਟ ਹੋਈ, ਪੇਮੈਂਟ ਹੋਣ ਤੋਂ ਬਾਅਦ ਟੀ ਐਮ ਡੀ ਬਣੇਗੀ, ਟੈਕਨੀਕਲ ਮਾਸਟਰ ਡਾਟਾ। ਸਰ ਇਹ ਬਾਰਕੋਡ ਨਾਲ ਨਾ ਭਰ ਕੇ ਆਪਾਂ ਸਿੱਧਾ ਭਰ ਦਈਏ? ਜੀ ਇਹ ਬਿਲਕੁਲ ਵਧੀਆ ਕੁਸਚਨ ਪੁੱਛਿਆ। ਜੇ ਬਾਰਕੋਡ ਨਾਲ ਨਹੀਂ ਲੈਂਦੇ ਤਾਂ ਕੱਲ੍ਹ ਨੂੰ ਜਦੋਂ ਤੁਸੀਂ ਰਿਪੋਰਟ ਕਰਦੇ ਹੋ ਅਸੈਸਮੈਂਟ ਜਾਂ ਕਿੰਨੀ ਸਕਿਉਰਟੀ ਕਿੰਨੀ ਰਿਕਵਰ ਕੀਤੀਆਂ ਨੇ ਤਾਂ ਉਹ ਰਿਪੋਰਟ ਰੋਂਗ ਨਿਕਲੇਗੀ। ਬਾਰਕੋਡ ਨਾਲ ਲਵਾਂਗੇ ਤਾਂ ਕਰੈਕਟ ਹੈਡ ਦੇ ਵਿੱਚ ਪੇਮੈਂਟ ਪੋਸਟ ਹੋਏਗੀ। ਹਾਂ ਉਹ ਹੈਡ ਵਿੱਚ ਨਹੀਂ ਜਾਏਗੀ, ਤਾਂ ਸਹੀ ਹੈਡ ਵਿੱਚ ਪਾਉਣ ਨਾਲ ਕੀ ਹੋਏਗਾ, ਔਡਰਾਂ ਦਾ ਸਟੇਟਸ ਅਪਡੇਟ ਹੋਏਗਾ ਪੇਮੈਂਟ ਦਾ। ਉਸ ਵਿੱਚ ਇੱਕ ਔਡਰ ਦੇ ਸਟੇਟਸ ਹੁੰਦੇ ਨੇ ਪੀ ਪੇ ਐਸ ਪੇ, ਜਿਸ ਨਾਲ ਉਹ ਕਨਫਰਮ ਹੋ ਜਾਂਦਾ ਕਿ ਇਸਦੀ ਪੇਮੈਂਟ ਅਸੈਪਟਿਡ ਹੋ ਚੁੱਕੀ ਹੈ। ਜਦੋਂ ਜੇਈ ਕੰਪਲੀਟ ਕਰਨ ਜਾਏਗਾ ਤਾਂ ਉਸਨੂੰ ਕੋਈ ਪੇਮੈਂਟ ਦਾ ਐਰਰ ਨਹੀਂ ਦੇਗਾ, ਉਹ ਜੇਈ ਆਪਣੀ ਆਈ ਡੀ ਦਾ ਔਡਰ ਕੰਪਲੀਟ ਕਰੇਗਾ ਤਾਂ ਉਸਨੂੰ ਅਦਰਵਾਈਜ਼ ਪੇਮੈਂਟ ਦਾ ਐਰਰ ਦੇਗਾ, ਜਿਸ ਕਰਕੇ ਜੇਈ ਦੇ ਐਂਡ ਤੋਂ ਪੇਮੈਂਟ ਨਾ ਹੋਣ ਕਰਕੇ ਔਡਰ ਕੰਪਲੀਟ ਨਹੀਂ ਹੋ ਪਾਏਗਾ। ਤਾਂ ਉਹ ਕੈਸ਼ੀਅਰ ਤੋਂ ਬਾਅਦ ਫਾਈਲ ਅੱਗੇ ਉਹਦੇ ਕੋਲ ਹੀ ਮੂਵ ਹੁੰਦੀ ਹੈ ਰੈਵਨਿਊ ਅਕਾਊਂਟ ਕੋਲ, ਉਹ ਪੇਮੈਂਟ ਵੈਰੀਫਾਈ ਕਰਕੇ ਕੰਸਰਨ ਜੇਈ ਨੂੰ ਜਾਂ ਐਸ ਡੀ ਓ ਟੈਕਨੀਕਲ ਨੂੰ ਭੇਜ ਦੇਵੇ।